ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇਸ ਟਾਈਮ ਖੜਾਂਗਾ ਕਰਤਾਰ ਐਗਰੋ ਇੰਡਸਟਰੀ ਤੇ। ਕਰਤਾਰ ਦੇ ਵੱਲੋਂ ਅੱਜ ਇੱਕ ਨਵੀਂ ਕੰਬਾਈਨ ਹੈਗੀ ਜਿਹੜੀ ਉਹ ਲਾਂਚ ਕੀਤੀ ਗਈ ਹੈਗੀ। ਇਹ ਕੰਬਾਈਨ ਚੱਲ ਕਾਫੀ ਟਾਈਮ ਤੋਂ ਰਹੀ ਸੀਗੀ ਤੇ ਤਕਨੀਕ ਦੀ ਜੇ ਆਪਾਂ ਗੱਲ ਕਰੀਏ ਕਿ ਇੰਨੀ ਕੁ ਜ਼ਿਆਦਾ ਬਿਹਤਰ ਆ ਵੀ ਵਾਢੀ ਦਾ ਕੰਮ ਆਪਣਾ ਕਹਿ ਦਈਏ ਹਾਰਵੈਸਟਿੰਗ ਦਾ ਕੰਮ ਬਹੁਤ ਜ਼ਿਆਦਾ ਸੌਖਾ ਅਤੇ ਸਫਾਈ ਵਾਲਾ ਹੋ ਜਾਣਾਗਾ। ਸੋ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਕੰਬਾਈਨ ਦੇ ਬਾਰੇ। ਤੋ ਸਾਡੇ ਨਾਲ ਬਾਈ ਨੇ ਕਰਤਾਰ ਦੇ ਵੱਲੋਂ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰੇ, ਕੀ ਹਾਲ ਹੈ ਜੀ? ਵਧੀਆ ਵਧੀਆ, ਠੀਕ ਆ ਸਿਹਤਾਂ ਜਮਾ? ਹਾਂ ਵਧੀਆ, ਤੁਸੀਂ ਦੱਸੋ। ਤੇ ਸਰ ਜਿਹੜੀ ਆਪਾਂ ਇਹ ਕੰਬਾਈਨ ਅੱਜ ਨਵੀਂ ਲਾਂਚ ਕੀਤੀ ਹੈਗੀ, ਇਹਦਾ ਆਪਾਂ ਜਿਹੜੀਆਂ ਨੋਰਮਲ ਮਾਰਕੀਟ ਦੇ ਵਿੱਚ ਕੰਬਾਈਨ ਚੱਲਦੀਆਂ ਨੇਗੀਆਂ ਸਿੰਗਲ ਡਰਮ ਥ੍ਰੈਸ਼ਿੰਗ ਡਰਮ ਵਾਲੀਆਂ, ਉਹਦੇ ਨਾਲੋਂ ਆਪਾਂ ਕੀ ਡਿਫਰੈਂਸ ਆਪਾਂ ਇਹਦਾ? ਦੇਖੋ ਗੁਰਪ੍ਰੀਤ ਭਾਜੀ, ਇਹਦਾ ਮੇਨ ਆਪਣਾ ਸੀਗਾ ਅੱਜ ਜਿਹੜਾ ਪਰਪਸ ਸੀਗਾ, ਇੱਕ ਤਾਂ ਆਪਾਂ ਜਿਹੜਾ ਡਬਲ ਥ੍ਰੈਸ਼ਰ ਆ ਜਿਹੜਾ ਆਪਾਂ ਲਾਂਚ ਕਰਿਆ ਅੱਜ, ਜਿਹਦੇ ਲਈ ਤੁਹਾਨੂੰ ਆਪਾਂ ਨੇ ਵੈਲਕਮ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਇਹ ਡਬਲ ਥ੍ਰੈਸ਼ਰ ਆ। ਦੇਖੋ ਆਮ ਨੋਰਮਲ ਮਸ਼ੀਨ ਨਾਲੋਂ ਇਹਦੀ ਖਿਚਾਈ ਆ, ਕੰਮ ਕਰਨ ਦੀ ਜਿਹੜੀ ਸ਼ਮਤਾ ਦੂਜੀ ਮਸ਼ੀਨ ਨਾਲੋਂ ਦੁੱਗਣੀ ਆ, ਠੀਕ ਹੈ। ਮਤਲਬ ਜਦੋਂ ਥ੍ਰੈਸ਼ਿੰਗ ਡਰਮ ਦੋ ਹੋ ਗਏ ਤਾਂ ਡਬਲ ਹੋ ਗਈ ਆਪਾਂ, ਕੰਮ ਕਰਨ ਦੀ ਕੈਪੈਸਿਟੀ ਦੂਸਰੀ ਮਸ਼ੀਨ ਨਾਲੋਂ ਜ਼ਿਆਦਾ, ਠੀਕ ਹੈ ਜੀ। ਹਾਂਜੀ, ਤੇ ਜੇ ਆਪਾਂ ਨੋਰਮਲੀ ਗੱਲ ਕਰੀਏ ਜਿਵੇਂ ਸਿੰਗਲ ਥ੍ਰੈਸ਼ਿੰਗ ਡਰਮ ਵਾਲੀਆਂ ਮਸ਼ੀਨਾਂ ਜਿਹੜੀਆਂ ਚੱਲਦੀਆਂ ਨੇਗੀਆਂ, ਤਾਂ ਡਬਲ ਥ੍ਰੈਸ਼ਰ ਲਾਉਣ ਦੇ ਨਾਲ ਇਹਦੇ ਵਿੱਚ ਫਰਕ ਕੀ ਪਊਗਾ? ਦੇਖੋ ਡਬਲ ਥ੍ਰੈਸ਼ਰ ਲਾਉਣ ਦਾ ਇੱਕ ਤਾਂ ਦੇਖੋ ਇਹਦੀ ਕੰਮ ਕਰਨ ਦੀ ਜਿਹੜੀ ਸ਼ਮਤਾ ਉਹ ਦੂਸਰੀ ਮਸ਼ੀਨ ਨਾਲੋਂ ਦੁੱਗਣੀ ਹੋ ਜਾਂਦੀ ਹੈ। ਨੰਬਰ ਦੋ, ਇੱਕ ਦੇਰ ਰਾਤ ਤੱਕ ਚੱਲਦੀ ਹੈ, ਠੀਕ ਹੈ। ਆਮ ਤੌਰ ਜ਼ਿਆਦਾਤਰ ਤੁਸੀਂ ਮਸ਼ੀਨਾਂ ਨੋਟ ਕਰੀਆਂ ਹੋਣਗੀਆਂ ਕੁਛ ਦੇਰ ਨੂੰ ਜਾ ਕੇ ਨਾ ਸ਼ਾਮ ਜੇ ਨੂੰ ਉਹ ਬੰਦ ਹੋ ਜਾਂਦੀਆਂ ਨੇ, ਕਿਉਂਕਿ ਇਹ ਮਸ਼ੀਨ ਦੀ ਇਹ ਖਾਸੀਅਤ ਹੈ, ਕਿਉਂਕਿ ਦੇਰ ਰਾਤ ਤੱਕ ਚੱਲਣ ਦਾ ਕਾਰਨ ਉਹ ਮੇਨ ਪਰਪਸ ਹੈ ਡਬਲ ਥ੍ਰੈਸ਼ਰ। ਕਿਸੇ ਮੌਕੇ ਕੋਈ ਫਸਲ ਦੇ ਵਿੱਚ ਨਮੀ ਜ਼ਿਆਦੇ ਆ ਜਾਂ ਕੋਈ ਹੋਰ ਚੀਜ਼ ਆ, ਚੋਕਿੰਗ ਦੀ ਸਮੱਸਿਆ, ਉਹ ਸਾਰੀਆਂ ਖਤਮ ਹੋ ਜਾਣਗੀਆਂ। ਉਹ ਸਾਰਾ ਕੁਝ ਆਪਾਂ ਨੇ ਇਹਦਾ ਪ੍ਰੋਪਰ ਐਡਜਸਟਮੈਂਟ ਦਾ ਥ੍ਰੈਸ਼ਰਾਂ ਦਾ ਸਾਰਾ ਕੁਝ ਪ੍ਰੋਪਰ ਦਿੱਤਾ ਹੋਇਆ ਜਿਹੜੀ ਵੀ ਇਹ ਦੇਰ ਰਾਤ ਤੱਕ ਪਾਣੀ ਪ੍ਰੋਪਰ ਵਰਕ ਕਰ ਸਕੇ। ਤੇ ਇੱਕ ਚੀਜ਼ ਹੋਰ ਦੇਖੀਏ, ਜਿਵੇਂ ਨੋਰਮਲੀ ਆਪਾਂ ਕੰਬਾਈਨ ਦੇ ਨਾਲ ਕਣਕ, ਝੋਨਾ, ਸੋਇਆਬੀਨ ਜਾਂ ਹੋਰ ਇਹ ਫਸਲਾਂ ਵਰਦਿਆਂਗੇ, ਤਾਂ ਕਈ ਫਸਲਾਂ ਆਪਾਂ ਇਦਾਂ ਦੀਆਂ ਵੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਸਫਾਈ ਦਾ ਤੇ ਹੋਰ ਚੀਜ਼ਾਂ ਦਾ ਫਰਕ ਪੈ ਜੂ ਡਬਲ ਥ੍ਰੈਸ਼ਰ ਦੇ ਨਾਲ। ਹਾਂ, ਜੇ ਮੈਂ ਦੇਖੋ ਤੁਸੀਂ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਸੀਗਾ ਆਪਣੇ ਕਸਟਮਰ ਨੇ ਮੁੱਲਾਂਪੁਰ ਦਾਖਾ ਤੋਂ ਜੀ, ਤਕਰੀਬਨ ਮੰਨ ਕੇ ਚੱਲੋ 2.5 ਸਾਲ ਵਾਂਗੂ ਚਲਾ ਗਏ, ਉਹਨਾਂ ਨੇ 250 ਏਕੜ ਦੇ ਤਕਰੀਬਨ ਫਸਲ ਵੱਢ ਚੁੱਕੇ ਨੇ, ਠੀਕ। ਸਾਰੀਆਂ ਫਸਲਾਂ ਹੀ ਉਹਨਾਂ ਨੇ ਕੱਟ ਚੁੱਕੀਆਂ ਨੇ, ਸੋਇਆਬੀਨ, ਮੂੰਗੀ ਹੋ ਗਈ, ਸੂਰਜਮੁਖੀ ਹੋ ਗਿਆ, ਸਰੋਂ ਹੋ ਗਈ, ਠੀਕ ਹੈ, ਆਪਣਾ ਕਣਕ, ਜੀਰੀ, ਰੈਗੂਲਰ ਫਸਲਾਂ, ਠੀਕ ਹੈ। ਜਾਣੀ ਸੀ ਕੋਈ ਦਿੱਕਤ ਨਹੀਂ ਆਈ ਹੈਗੀ, ਜਾਣੀ ਸੀ ਮੇਨ ਪਰਪਸ ਇਹ ਸੀਗਾ ਵੀ ਡਬਲ ਥ੍ਰੈਸ਼ਰ ਨਾਲ ਸਫਾਈ ਤਾਂ ਪੂਰੀ ਆਉਂਦੀ ਆਉਂਦੀ ਹੈ। ਤੇ ਇੱਕ ਮੈਨੂੰ ਇਹ ਪਤਾ ਲੱਗਿਆ ਸੀਗਾ ਵੀ ਇਹ ਕਰਤਾਰ ਦੇ ਕੋਲ ਤਕਨੀਕ ਹੈਗੀ ਜਿਹੜੀ ਪਿਛਲੇ ਲਗਭਗ 5 ਸਾਲ ਤੋਂ ਚੱਲ ਰਹੀ ਹੈਗੀ, ਤੇ ਆਪਾਂ ਲਾਂਚਿੰਗ ਕਰ ਰਹੇ ਹਾਂਗੇ ਇਹਦੀ 2022 ਦੇ ਵਿੱਚ ਆ ਕੇ, ਤੇ ਇਹ ਇਹਦਾ ਇਹਨਾਂ ਮਤਲਬ ਕੀ ਕਰਨਾ ਪੱਕਿਆ ਸੀ? ਗੁਰਪ੍ਰੀਤ ਭਾਜੀ ਮੇਨ ਮਕਸਦ ਇਹ ਸੀਗਾ, ਦੇਖੋ ਅਸੀਂ ਆਪ ਇਹਨੂੰ 3 ਸਾਲ ਹੋ ਗਏ ਵਰਕ ਕਰਦਿਆਂ ਨੂੰ, ਠੀਕ ਹੈ, 2 ਸਾਲ ਤੋਂ ਹੋ ਗਏ ਆਪਣੇ ਮੁੱਲਾਪੁਰ ਚੱਲਦੇ ਨੂੰ। ਤਕਰੀਬਨ ਇਹ ਸੀਗਾ, ਦੇਖੋ ਨਵਾਂ ਪ੍ਰੋਡਕਟ ਆ, ਇਹਨੂੰ ਮਾਰਕੀਟ 'ਚ ਉਤਾਰਨਾ ਪਹਿਲਾਂ ਚੰਗੀ ਤਰ੍ਹਾਂ ਆਪ ਪ੍ਰੈਕਟੀਕਲ ਕਰਨਾ ਸਭ ਤੋਂ ਮੇਨ ਜ਼ਰੂਰੀ ਹੁੰਦਾ। ਦੇਖੋ ਮਤਲਬ ਬਾਅਦ ਦੇ ਵਿੱਚ ਕੋਈ ਫਾਰਮਰ ਨਾਲ ਤੰਗ ਹੋਵੇ ਨਾ, ਹੁਣ ਇਹ ਆਪਣਾ ਅੱਜ ਮਸ਼ੀਨ ਚੱਲ ਰਹੀ ਹੈ, ਹਰਿਆਣੇ 'ਚ ਵੀ ਚੱਲ ਰਹੀ ਹੈ, ਪੰਜਾਬ 'ਚ ਵੀ ਚੱਲ ਰਹੀਆਂ ਨੇ, ਜਿਹੜਾ ਕਸਟਮਰ ਦਾ ਫੀਡਬੈਕ ਹੈ ਬਹੁਤ ਜ਼ਿਆਦਾ ਸੋਹਣਾ ਆ ਰਿਹਾ। ਉਹ ਰੀਜ਼ਨ ਕੀ ਸੀ? ਕਿਉਂਕਿ ਆਪਾਂ ਨੇ ਇਹਨੂੰ ਪੂਰਾ ਟ੍ਰਾਇਲ ਔਰ ਵਰਕ ਕਰਕੇ ਮਾਰਕੀਟ 'ਚ ਉਤਾਰਿਆ। ਹਾਂ, ਅੱਜ ਵੀ ਆਪਣੇ ਕਸਟਮਰ ਨੇ ਰੈਗੂਲਰ ਆਪਣੇ 2018 ਤੋਂ ਆਪਣੇ ਨਾਲ ਜੁੜੇ ਹੋਏ ਨੇ, ਠੀਕ ਹੈ ਜੀ, ਤੇ ਅੱਜ ਤੀਜੀ ਕੰਬਾਈਨ ਲੈ ਕੇ ਜਾ ਰਹੇ ਨੇ। ਤੇ ਇੱਕ ਜਿਵੇਂ ਬਾਈ ਆਪਾਂ ਗੱਲ ਕਰੀਏ ਵੀ ਨੋਰਮਲੀ ਹੁਣ ਐਤਕੀ ਜਿਹੜਾ ਮੌਸਮ ਰਿਹਾ ਥੋੜ੍ਹਾ ਜਿਹਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਮੌਸਮ ਕਰਕੇ ਝੋਨੇ ਦੀ ਵਾਢੀ ਦੇ ਵਿੱਚ ਕਰਨਾ ਪਿਆ ਹਨਾ, ਤੇ ਇਹਦੇ ਵਿੱਚ 4-wheel ਡਰਾਈਵ ਵਾਲੀ ਆਪਸ਼ਨ ਵੀ ਹੋਊਗੀ? ਮੈਂ ਦਿਖਾਣਾ ਤੁਹਾਨੂੰ, ਇਹ ਜਿੰਨੇ ਵੀ ਆਪਣੇ ਮਾਡਲ ਨੇ ਇਹਨਾਂ 'ਚ ਸਾਰਿਆਂ 'ਚ 4x4 ਅਵੇਲੇਬਲ ਹੈ, ਤੁਸੀਂ ਲਗਵਾ ਸਕਦੇ ਹੋ। ਇਹ ਮਸ਼ੀਨ ਨੂੰ ਆਪਾਂ ਨੇ ਆਲਰੇਡੀ ਲਾ ਚੁੱਕੇ ਹਾਂ, ਠੀਕ ਹੈ। ਇਹ 4x4 ਆ, ਇਹ 'ਚ 2 ਆਪਸ਼ਨਾਂ ਨੇ, ਠੀਕ ਹੈ, ਇੱਕ ਸਿੱਧੀ ਸਾਫਟ ਵਾਲਾ, ਇੱਕ ਆ ਗੇਅਰ ਵਾਲਾ ਸਿਸਟਮ, ਦੇਖੋ, ਠੀਕ ਹੈ। ਹਾਂ, ਬਸ ਇਹ ਹੁਣ ਆਪਾਂ ਨੇ ਕਸਟਮਰ ਨੂੰ ਆਪਾਂ ਨੇ ਹਿੱਸਾ ਜਿਹੜਾ 4x4 ਦਾ ਨਾਲ ਦੇ ਦੇਣਾ ਖੇਤ 'ਚ ਜਾ ਕੇ, ਕੱਲ੍ਹ ਨੂੰ ਆਪਣਾ ਜਿਵੇਂ ਸਰਵਿਸ ਮੈਨ ਇੱਕ ਜਾਊਗਾ, ਇਹਨਾਂ 'ਚੋਂ ਇੱਕ ਵਾਰ ਜਾ ਕੇ ਆਪਦਾ ਚੰਗੀ ਤਰ੍ਹਾਂ ਖੇਤ 'ਚ ਆਪਦਾ ਵਰਕ 'ਤੇ ਜਦੋਂ ਮਸ਼ੀਨ ਲੱਗ ਜੂਗੀ, ਕਈ ਵਾਰ ਉਹਨਾਂ ਨੂੰ ਜਾ ਕੇ ਹਿੱਸਾ ਵਗੈਰਾ ਚੇਂਜ ਕਰਾ ਕੇ ਚਲਵਾ ਜਾਣਗੇ ਜਾ ਕੇ, ਠੀਕ ਹੈ। ਮਤਲਬ ਉਹ ਬਾਅਦ 'ਚੋਂ ਫਿੱਟ ਹੋ ਜੂਗਾ? ਹਾਂ, ਬਾਅਦ 'ਚ ਫਿੱਟ ਜੋ ਹੋ ਜੂਗਾ, ਉਹ ਨਾਲ ਆਪਾਂ ਅੱਗੇ ਫੀਡਰ ਦੇ ਟਾਂਕੇ ਭੇਜ ਦਿੰਦੇ ਹਾਂ, ਠੀਕ ਹੈ। ਇੱਕ ਗੱਲ ਜੀ ਆਪਾਂ ਬਈ ਹੋਰ ਕਰੀਏ ਵੀ ਜਿਵੇਂ 2017 ਵਾਲੀਆਂ 16 ਵਾਲੀਆਂ ਕੰਬਾਈਨਾਂ ਕਿਸਾਨਾਂ ਕੋਲੇ ਚੱਲ ਰਹੀਆਂ ਨੇਗੀਆਂ, ਉਹਨਾਂ ਦੇ ਵਿੱਚ ਵੀ ਕੋਈ ਆਪਸ਼ਨ ਅਵੇਲੇਬਲ ਹੁੰਦੀ ਆ 4-wheel ਡਰਾਈਵ? ਹਾਂਜੀ, ਉਹਨਾਂ 'ਚ ਵੀ 4x4 ਦੀ ਆਪਸ਼ਨ ਹੈਗੀ ਆ। ਮੈਂ ਤੁਹਾਨੂੰ ਦੱਸਿਆ ਸੀਗਾ ਨਾ 4x4 ਆਪਣਾ 2 ਤਰ੍ਹਾਂ ਦਾ ਲੱਗਦਾ, ਠੀਕ ਹੈ, ਇੱਕ ਆ ਗੇਅਰ ਵਾਲਾ ਸਿਸਟਮ ਆ, ਇੱਕ ਸਿੱਧੀ ਸ਼ਾਫਟ ਵਾਲਾ ਆਪਣਾ ਹੁੰਦਾ, ਠੀਕ ਹੈ ਜੀ। ਹਾਂ, ਉਹਨਾਂ 'ਚ ਵੀ ਲੱਗ ਜਾਂਦਾ, ਉਹਨਾਂ ਦੇ ਵਿੱਚ ਵੀ ਲੱਗ ਜੂਗਾ। ਹਾਂ, ਇਸ ਵਾਰ ਵੀ ਜਿਵੇਂ ਬਾਰਿਸ਼ ਕਰਕੇ ਖੇਤਾਂ 'ਚ ਜਾ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀਗੀ, ਕਿਉਂਕਿ ਕਾਫੀ ਕਸਟਮਰ ਨੇ ਜਿਨ੍ਹਾਂ ਨੂੰ 4x4 ਆਪਾਂ ਤੋਂ ਲਗਵਾ ਕੇ ਲੈ ਕੇ ਗਏ ਨੇ, ਠੀਕ ਹੈ। ਜਾਣੀ ਉਹਦੇ ਵਿੱਚ ਵੀ ਆਪਸ਼ਨ ਹੈ? ਹਾਂਜੀ ਹਾਂਜੀ ਹਾਂਜੀ। ਤੇ ਇੱਕ ਆ ਦੇਖੋ, ਜਿਹੜਾ ਆਪਣਾ ਬੈਲੈਂਸ ਸਿਲੰਡਰ, ਇਹਦੇ ਵਿੱਚ ਡਬਲ ਐਕਟਿੰਗ ਹੈ ਨਾ? ਹਾਂਜੀ, ਤੁਸੀਂ ਟਰੈਕਟਰਾਂ 'ਚ ਤਾਂ ਦੇਖਿਆ ਹੀ ਹੋਵੇਗਾ ਨਾ, ਆਹ ਦੇਖੋ ਬੈਲੈਂਸ ਸਿਲੰਡਰ, ਇਹਦਾ ਕਟਾਈ ਦਾ
ਜਿਆਦਾ ਤੇ ਕਈ ਵਾਰੀ ਕੰਬਾਈਨਾਂ ਦੇ ਵਿੱਚ ਮੈਂ ਵੇਖਿਆ ਰੋਡ ਦੇ ਉੱਤੇ ਹਿਲਦੇ ਜਾਂਦੇ ਹੁੰਦੇ ਨੇ ਟਾਇਰ ਇਸ ਤਰ੍ਹਾਂ ਉਹਨਾਂ ਦੇ ਸੀਗਾ ਮੰਨ ਕੇ ਚੱਲੋ ਉਹਦਾ ਬੈਲੈਂਸ ਨਹੀਂ ਸਹੀ ਹੁੰਦਾ ਹਾਂ ਇਹ ਮਸ਼ੀਨ ਦਾ ਤੁਸੀਂ ਟ੍ਰਾਇਲ ਵੀ ਦੇਖਿਓ ਕਦੇ ਰਸਤੇ 'ਚ ਤੁਹਾਨੂੰ ਜਾਂਦੀ ਹੋਈ ਮਿਲੂਗੀ ਤੁਸੀਂ ਚੈੱਕ ਕਰਿਓ ਠੀਕ ਹੈ ਜਾਣ ਸੀ ਤੁਹਾਨੂੰ ਇਹ ਮਸ਼ੀਨ ਕੋਈ ਵਾਈਬ੍ਰੇਸ਼ਨ ਨਹੀਂ ਦਿਖੂਗੀ ਰੋਡ ਦੇ ਉੱਤੇ ਸੇਫਟੀ ਹੈ ਪੂਰਾ ਬੈਲੈਂਸ ਰਹੇਗਾ ਪੂਰਾ ਬੈਲੈਂਸ ਰਹੇਗਾ ਹਾਂ ਇੱਕ ਆਪਣੀ ਸਟੀਅਰਿੰਗ ਆਰਮ ਹੈ ਅੱਛਾ ਜੀ ਸਟੀਅਰਿੰਗ ਆਰਮ ਹੈ ਇਹ ਦੇਖੋ ਤੁਸੀਂ ਇਹ ਆਪਣਾ ਖੁਦ ਦਾ ਅੰਦਰੋਂ ਆਪਣਾ ਆਰ ਐਨ ਡੀ ਦਾ ਜਾਣੀ ਸੀ ਡਿਜ਼ਾਇਨ ਆ ਪੂਰਾ ਅੰਦਰੋਂ ਤਿਆਰ ਕਰਕੇ ਲਾਈ ਹੋਈ ਹੈ ਜ਼ਿਆਦਾਤਰ ਤੁਸੀਂ ਦੇਖੋ ਇਹਨਾਂ ਨੂੰ ਆਪਣਾ ਜਿਵੇਂ ਉਹ ਦੂਜਾ ਸਿਸਟਮ ਹੁੰਦਾ ਆਪਣੇ ਢਲਾਈ ਵਾਲੀ ਲੱਗੀ ਹੁੰਦੀ ਹੈ ਇਹ ਦੇਖੋ ਆਪਣੀ ਆਪਦਾ ਖੁਦ ਦਾ ਜਾਣੀ ਸੀ ਅੰਦਰੋਂ ਬਹੁਤ ਹੈਵੀ ਲੱਗੀ ਹੈ ਕਰਕੇ ਕਟਿੰਗ ਕਰਕੇ ਪੂਰਾ ਹੈਵੀ 'ਚ ਲੱਗੀ ਹੋਈ ਹੈ ਬਹੁਤ ਹੈਵੀ ਦੇ ਵਿੱਚ ਲੱਗੀ ਹੋਈ ਹੈਗੀ ਅਤੇ ਇਹਦੇ ਵਿੱਚ ਹੋਰ ਵੀ ਕੋਈ ਆਪਾਂ ਚੇਂਜ ਕੀਤਾ ਹੈਗਾ ਇੱਕ ਚੀਜ਼ ਮੈਂ ਹੋਰ ਦੇਖੀ ਜਿਵੇਂ ਉਹ ਕੰਬਾਈਨ ਹੈਗੀ ਆਪਣੀ ਬਹੁਤ ਜ਼ਿਆਦਾ ਸੋਹਣਾ ਮਾਡਲ ਹੈਗਾ ਡੀ ਲਕਸ ਅਤੇ ਉਹਦੇ ਵਿੱਚ ਏਸੀ ਕੈਬਨ ਅਵੇਲੇਬਲ ਹੈਗਾ ਉਹ ਵੀ ਡਬਲ ਥ੍ਰੈਸ਼ਰ ਦੇ ਵਿੱਚ ਹੈ ਜਾਂ ਉਹ ਸਿੰਗਲ 'ਚ ਹੈ ਨਹੀਂ ਉਹ ਸਿੰਗਲ ਥ੍ਰੈਸ਼ਰ 'ਚ ਹੈ ਠੀਕ ਹੈ ਠੀਕ ਹੈ ਜੋ ਕੈਬਨ ਦਾ ਜਾਣੀ ਸੀ ਡਿਫੈਂਸ ਆ ਉਹ ਇਹੀ ਆਪਣਾ ਜਿਹੜਾ 6 ਗੇਅਰ ਸਪੀਡ ਨੂੰ ਠੀਕ ਹੈ ਜਾਣੀ ਸੀ ਇਹ 'ਚ ਲੱਗ ਸਕਦਾ ਉਹ ਕੈਬਨ ਦੀ ਆਪਸ਼ਨ ਹੈ ਠੀਕ ਹੈ ਮਤਲਬ ਇਸ ਡਬਲ ਥ੍ਰੈਸ਼ਰ ਦੇ ਵਿੱਚ ਆਪਸ਼ਨ ਹੈ ਕੈਬਨ ਲੱਗਣ ਦੀ ਠੀਕ ਹੈ ਹਾਂਜੀ ਤੇ ਇੱਕ ਚੀਜ਼ ਹੋਰ ਕਰੀਏ ਮੈਂ 4 ਵੀਲ ਡਰਾਈਵ ਦੇ ਬਾਰੇ ਤੁਹਾਡੇ ਤੋਂ ਇੱਕ ਕੁਐਸਚਨ ਹੋਰ ਪੁੱਛਾਂ ਵੀ 4 ਵੀਲ ਡਰਾਈਵ ਜੇ ਕਿਸੇ ਨੇ ਲਵਾਉਣਾ ਉਹਦੇ ਵਾਸਤੇ ਟਾਈਮ ਪੀਰੀਅਡ ਕਿੰਨਾ ਚਾਹੀਦਾ ਟਾਈਮ ਪੀਰੀਅਡ ਮੰਨ ਕੇ ਚੱਲੋ 3-4 ਦਿਨ ਦਾ ਪ੍ਰੋਸੈਸ ਹੈ 3-4 ਦਿਨ ਕੋਈ ਜ਼ਿਆਦਾ ਲੰਮਾ ਨਹੀਂ ਸੀਜ਼ਨ ਚੱਲ ਰਿਹਾ ਠੀਕ ਹੈ ਜਿਵੇਂ ਸੀਜ਼ਨ 'ਚ ਫ੍ਰੀ ਟਾਈਮ ਹੁੰਦੇ ਆ ਉਦੋਂ ਤੋਂ ਮੰਨ ਕੇ ਚੱਲੋ 2-3 ਦਿਨ ਦੀ ਐਵਰੇਜ ਆ ਠੀਕ ਹੈ ਜਿਵੇਂ ਹੁਣ ਕਸਟਮਰ ਛੱਡ ਜਾਂਦੇ ਨੇ ਅਸੀਂ 30 ਦਿਨ ਮਸ਼ੀਨ ਦੇ ਦਿੰਦੇ ਆ ਮਤਲਬ ਜ਼ਿਆਦਾ ਲੰਮਾ ਟਾਈਮ ਨਹੀਂ ਜ਼ਿਆਦਾ ਲੰਬਾ ਟਾਈਮ ਨਹੀਂ ਹੈਗਾ ਬਾਕੀ ਇਹਦਾ ਗੇਅਰ ਤਾਂ ਤੁਸੀਂ ਮੈਂ ਦੇਖਿਆ ਹੀ ਆਪਣਾ ਵੱਡਾ ਇੱਕ ਵਾਰੀ ਨਿਗਾਹ ਮਾਰੀ ਹੈ ਕਿਉਂਕਿ 2014 ਤੋਂ ਨਾ ਆਪਾਂ ਰੈਗੂਲਰ ਇਹਨੂੰ ਯੂਜ਼ ਕਰ ਰਹੇ ਹਾਂ ਠੀਕ ਹੈ ਤੇ ਜਾਣੀ ਸੀ ਅੱਜ ਵੀ ਕਸਟਮਰ ਦਾ ਬਹੁਤ ਵਧੀਆ ਫੀਡਬੈਕ ਆ 2014 ਇਹਦੇ ਬਾਰੇ ਤਾਂ ਮੈਂ ਵੀ ਮਾਰਕੀਟ ਦੇ ਵਿੱਚ ਸੁਣਿਆਗਾ ਵੀ ਬਹੁਤ ਸਾਰੇ ਕਿਸਾਨਾਂ ਦੇ ਮੂੰਹੋਂ ਵੀ ਅੱਜ ਤੱਕ ਨਹੀਂ ਖੁੱਲਿਆ ਹੈਗਾ ਕਹਿੰਦੇ ਹਾਂ ਉਹਦਾ ਮੇਨ ਰੀਜ਼ਨ ਇਹ ਸੀਗਾ ਗੁਰਪ੍ਰੀਤ ਭਾਅ ਜੀ ਦੇਖੋ ਸਾਰਾ ਇਹਦੀ ਜਿਹੜੀ ਗਰਾਰੀ ਹੈ ਗੇਅਰ ਦੀ ਸਾਰਾ ਇਹ ਟੇਪਰ ਦੰਦੇ ਦੀ ਗਰਾਰੀ ਹੁੰਦੀ ਹੈ ਠੀਕ ਹੈ ਇੱਕ ਬਿਲਕੁਲ ਵੀ ਸਾਊਂਡ ਨਹੀਂ ਹੈਗਾ ਉਹੀ ਮੈਂ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਆਪਣੇ ਇੱਕ ਕਸਟਮਰ ਨੇ 2014 ਸੇ ਆਪਾਂ ਉਹਨੂੰ ਪਹਿਲੀਆਂ 'ਚ ਸਭ ਤੋਂ ਪਹਿਲਾਂ ਇਹ ਗੇਅਰ ਲਾ ਕੇ ਦਿੱਤਾ ਸੀਗਾ ਠੀਕ ਹੈ ਅੱਜ ਵੀ ਜਾਣੀ ਸੀ ਉਹਨਾਂ ਦਾ ਅਸੀਂ ਫੀਡਬੈਕ ਲੈਤਾ ਸੀਗਾ ਅੱਜ ਵੀ ਉਹ ਗੇਅਰ ਬਿਲਕੁਲ ਐਜ਼ ਇਟ ਇਜ਼ ਉਵੇਂ ਦਾ ਉਵੇਂ ਪਿਆ ਐਂਡ ਪੂਰੀ ਗੁੱਡ ਵਧੀਆ ਕੰਡੀਸ਼ਨ ਤੇ ਵਧੀਆ ਚੱਲ ਰਹੀ ਹੈ ਮਸ਼ੀਨ ਉਹਨਾਂ ਦੀ ਕੋਈ ਜਾਣੀ ਸੀ ਬ੍ਰੇਕ ਡਾਊਨ ਜੀ ਆਪਾਂ ਇੱਕ ਗੱਲ ਕਹੀਏ ਵੀ ਇਹਦੇ ਵਿੱਚ ਕੋਈ ਇਹਦੀ ਜਿਹੜੀ ਮੇਨਟੇਨੈਂਸ ਆ ਗਈ ਹਲਕੀ ਫੁਲਕੀ ਜਿਵੇਂ ਆਪਾਂ ਆਇਲ ਚੈੱਕ ਕਰਨਾ ਜਾਂ ਹੋਰ ਉਹ ਚੀਜ਼ ਰੈਗੂਲਰ ਮੇਰੇ ਹਿਸਾਬ ਨਾਲ ਹੁੰਦੀ ਰਹੇ ਸਰਵਿਸ ਆਪਾਂ ਇੱਕ ਕਰਾਂਗੇ ਉਹ ਦੇਖੋ ਮਸ਼ੀਨ ਇੱਥੋਂ ਡਿਲੀਵਰ ਹੁੰਦੀ ਆ ਸਾਡਾ ਪੀਡੀਆਈ ਡਿਪਾਰਟਮੈਂਟ ਆ ਅਸੀਂ ਉਹਨਾਂ ਨੂੰ ਵੀ ਇਹ ਦੇਖੋ ਜ਼ਰੂਰੀ ਆ ਉਹਨੂੰ ਕਸਟਮਰ ਨੂੰ ਜਿਹੜਾ ਸਾਡਾ ਗ੍ਰਾਹਕ ਉਹਨੂੰ ਵੀ ਆ ਉਹਦੇ ਫੋਰਮੈਨ ਨੂੰ ਵੀ ਇਹ ਗੱਲ ਸਮਝਾਉਂਦੇ ਆ ਵੀ ਮਸ਼ੀਨ ਚੱਲਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਗੇਅਰ ਦਾ ਆਇਲ ਵਗੈਰਾ ਜ਼ਰੂਰ ਚੈੱਕ ਕਰੋ ਇੰਜਨ ਦਾ ਚੈੱਕ ਕਰੋ ਹੈ ਨਾ ਆਪਣੇ ਨਟ ਬੋਲਟਾਂ ਦੇ ਹੱਥ ਮਾਰੋ ਚੰਗੀ ਤਰ੍ਹਾਂ ਦੇਖੋ ਬਾਕੀ ਤਾਂ ਇਹਨੇ ਕਸਟਮਰ ਨੇ ਆਪ ਮੇਨਟੇਨ ਰੱਖਣਾ ਹੁੰਦਾ ਤੇ ਵਿੱਚ ਬੰਦੇ ਬਹੁਤ ਤਜਰਬੇ ਵਾਲੇ ਨੇਗੇ ਜਿਹੜੇ ਮਸ਼ੀਨਾਂ ਨੂੰ ਚੋ ਵੀ ਨਹੀਂ ਲੱਗਣ ਦਿੰਦੇ ਹਾਂ ਬਹੁਤ ਜਾਣੀ ਸੀ ਕਸਟਮਰ ਵਿੱਚ ਇਹੋ ਜਿਹੇ ਨੇ ਤਕਰੀਬਨ ਮੰਨ ਕੇ ਚੱਲੋ ਜਦੋਂ ਵਰਕਆਊਟ ਕਰਕੇ ਸ਼ਾਮ ਨੂੰ ਮਸ਼ੀਨ ਘਰੇ ਆਉਂਦੀ ਹੈ ਤੁਸੀਂ ਐਂ ਦੇਖੋਗੇ ਵੀ ਉਹਦੇ ਤੇ ਕੰਪਨੀ ਦੀ ਨਹੀਂ ਪੀਡੀਆਈ ਕਰ ਦਿੰਦੇ ਨੇ ਪੂਰੀ ਪੀਡੀਆਈ ਕਰ ਦਿੰਦੇ ਨੇ ਹਾਂਜੀ ਹਾਂ ਬਿਲਕੁਲ ਤੇ ਆਪਾਂ ਇਹ ਤਾਂ ਮੈਨੂੰ ਆ ਉੱਚਾ ਲੱਗ ਰਿਹਾ ਕਾਫੀ ਜ਼ਿਆਦਾ ਇਹਦੇ ਵਿੱਚ ਕੋਈ ਚੇਂਜ ਹੋਇਆ ਇਹਦੇ ਸਾਈਜ਼ ਚ ਵੀ ਫਰਕ ਹੈ ਦੇਖੋ ਇਹਦੀ ਹਾਈਟ ਵੀ ਅੱਗੇ ਨਾਲ ਉੱਚੀ ਕਰੀ ਹੋਈ ਆ ਕਾਫੀ ਉੱਚਾ ਹੋ ਗਿਆ ਦੇਖੋ ਆਪਣਾ ਜਿਹੜੇ ਸਾਈਜ਼ ਵੀ ਵੱਡਾ ਕਿਉਂਕਿ ਜਿਹੜੇ ਦਾਣੇ ਕੱਢਣ ਦੀ ਕੈਪੈਸਿਟੀ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਹੋ ਦਿੱਤੀ ਹੈ ਠੀਕ ਹੈ ਕਿਉਂਕਿ ਟਾਈਮ ਬਚ ਰਹੇ ਕਹਿਣ ਦਾ ਭਾਵ ਹੈ ਵੀ ਟਾਈਮ ਨਾ ਉਹ ਹੋਵੇ ਟਾਈਮ ਖਰਾਬ ਕਰਨ ਕਰਕੇ ਇਹਦਾ ਸੋਟ ਆਪਣੇ ਸਾਈਜ਼ ਕਰਦਾ ਬੱਗਰ ਬਰਮ ਬੈਰਾ ਵੀ ਵੱਡਾ ਕਰਿਆ ਹੋਇਆ ਵੀ ਅੱਗੇ ਨਾਲ ਟਾਈਮ ਪੀਰੀਅਡ ਥੋੜਾ ਜਿਹਾ ਘੱਟ ਰਹਿ ਜਾਵੇ ਤੇ ਇਹਦੇ ਵਿੱਚ ਇੰਜਨ ਕਿਹੜਾ ਆ ਰਿਹਾ ਜੀ ਇੰਜਨ ਆਪਣੇ ਉਹੀ ਹੈ ਜੀ ਅਸ਼ੋਕ ਲੇਲੈਂਡ ਦਾ 101 HP ਦਾ ਇਹ ਜੋ ਆਪਸ਼ਨ ਆ ਦੋ ਜਿਵੇਂ ਇੰਜਨ ਆਪਣੇ ਲਵੇ 133 HP ਦਾ ਵੀ ਹੈਗਾ ਉਹ ਕਸਟਮਰ ਦੀ ਡਿਮਾਂਡ ਆ ਵੀ ਮੈਂ 101 ਦਾ ਲਵਾਉਣਾ ਜਾਂ ਉਹਨੂੰ ਆਪਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ 133 ਵਾਲਾ ਲਵਾਉਣਾ ਨਹੀਂ ਰੈਗੂਲਰ ਮਾਡਲ ਨੇ ਜਿੰਨੇ ਵੀ ਆਪਣੇ ਨਾ ਉਹਨਾਂ ਨੂੰ ਸਾਰਿਆਂ ਨੂੰ 101 HP ਲੱਗਦਾ 133 ਦੇ ਵਿੱਚ ਜੇ ਮਤਲਬ ਇੰਜਨ ਲਵਾਉਂਦਾ ਹੈਗਾ 133 HP ਵਾਲਾ ਉਹਦਾ ਕੋਈ ਇਹਦੇ ਨਾਲੋਂ ਬੈਨੀਫਿਟ ਜ਼ਿਆਦਾ ਮਿਲਦਾ ਉਹਦਾ ਬੈਨੀਫਿਟ ਤਾਂ ਮੰਨ ਕੇ ਚੱਲੋ ਜਿਵੇਂ ਆਪਣੇ ਹੁਣ ਇਹ ਕੈਬਨ ਵਾਲੀ ਮਸ਼ੀਨ ਆ ਜਾਂ ਉਹ ਜਿਹੜਾ ਮੈਂ ਆਪਣੇ ਐਕਸਪੋਰਟ ਦੇ ਮਾਡਲ ਨੇ ਉਹਨਾਂ 'ਚ ਜ਼ਿਆਦਾਤਰ ਯੂਜ਼ ਹੁੰਦਾ ਇੱਕ ਚੀਜ਼ ਇਹ ਵੀ ਹੋ ਗਈ ਮੰਨ ਲਓ ਵੀ ਅੱਜ ਬੰਦਾ 133 HP ਵਾਲਾ ਇੰਜਨ ਲੈ ਲੈਣਾ ਇਨ ਫਿਊਚਰ ਉਹਨੇ ਕੈਬਨ ਲਵਾਉਣਾ ਤਾਂ ਉਹ ਇੰਜਨ ਉਹਨਾਂ ਨੂੰ ਕੰਮ ਦੇ ਜਾਊਗਾ ਹਾਂ ਇਹ ਚੀਜ਼ਾਂ ਲਈ ਸਭ ਤੋਂ ਵਧੀਆ ਜਿਵੇਂ 4 ਵੀਲ ਡਰਾਈਵ ਦੇ ਵਿੱਚ ਕਨਵਰਟ ਕਰਾਉਣੀ ਆ ਤਾਂ ਉੱਥੇ ਉਹ ਉਹਦੇ ਲਈ ਉਹ ਸਭ ਡਿਫੈਂਡ ਮਤਲਬ ਫਿਊਚਰ ਦੇ ਵਿੱਚ ਉਹਨਾਂ ਕੋਲੇ ਪਲੈਨਿੰਗ ਰਹਿ ਜੂ ਉਸ ਚੀਜ਼ ਦੀ ਬਹੁਤ ਕਸਟਮਰ ਨੇ ਜਿਹੜੇ ਇਸ ਵਾਰ ਆਪਣੇ 133 ਦੇ ਇੰਜਨ ਨਾਲ ਗਏ ਨੇ ਫਿਊਚਰ ਪਲੈਨਿੰਗ ਹੈ ਉਹਨਾਂ ਦੀ ਫਿਊਚਰ ਪਲੈਨਿੰਗ ਵੀ ਅਸੀਂ ਕੱਲ ਨੂੰ ਕੋਈ ਕੈਬਨ ਲਵਾਉਣਾ ਜਾਂ ਕਿਵੇਂ ਕਰਨਾ ਹਾਂ ਜੋ ਵੀ ਕੁਝ ਕਰਨਾ ਹੈ ਸਿਸਟਮ ਕਰ ਸਕਦੇ ਆ ਤੇ ਇਹ ਹੈ ਵੀਰੋ ਬਿਲਕੁਲ ਨਵਾਂ ਜਿਹੜਾ ਡਬਲ ਪ੍ਰੈਸ਼ਰ ਵਾਲਾ ਮਾਡਲ ਤੇ ਜੇ ਆਪਾਂ ਇਹਦੀ ਅਵੇਲੇਬਿਲਟੀ ਦੀ ਗੱਲ ਕਰੀਏ ਜੀ ਇਹਦੇ ਤੇ ਕਿੰਨੀ ਬੁਕਿੰਗ ਹੈ ਇਹਦੇ ਦੀ ਬੁਕਿੰਗ ਤਾਂ ਗੁਰਪ੍ਰੀਤ ਭਾਜੀ ਆਏ ਆ ਸਿਸਟਮ ਆਪਣਾ ਬੁਕਿੰਗ ਦੇ
ਜਿਵੇਂ ਸੀਜ਼ਨ ਆਉਂਦਾ ਆਪਣਾ ਫਿਰ ਜਾਣੀ ਸੀ 2 ਤੋਂ 3 ਦਿਨ ਦਾ ਟਾਈਮ ਪੈ ਜਾਂਦਾ ਨਹੀਂ ਪੈਂਦਾ ਹੈਗਾ ਜਿਵੇਂ ਅੱਜ ਪੇਮੈਂਟ ਦਿੱਤੀ ਕਸਟਮਰ ਨੂੰ ਆਪਾਂ ਕੱਲ ਨੂੰ ਮਸ਼ੀਨ ਦੇ ਸਕਦੇ ਹਾਂ ਠੀਕ ਹੈ ਹਾਂ ਤੇ ਇਹਦਾ ਸਿੰਗਲ ਵਾਲੀ ਦੇ ਨਾਲੋਂ ਰੇਟ ਦਾ ਕੋਈ ਜ਼ਿਆਦਾ ਫਰਕ ਆ ਜਾਂ ਥੋੜਾ ਮੰਨ ਕੇ ਚਲੋ ਥੋੜਾ ਬਹੁਤ ਹੀ ਜਾਣੀ ਸੀ ਅੰਤਰ ਹੈ ਜ਼ਿਆਦਾ ਨਹੀਂ ਹੈ ਜ਼ਿਆਦਾ ਨਹੀਂ ਹੈਗਾ ਕੋਈ ਵੱਡਾ ਅੰਤਰ ਨਹੀਂ ਬਾਕੀ ਇਹਦੇ ਡਿਫਰੈਂਸ ਥੋੜਾ ਜਿਹਾ ਪਹਿਲਾਂ ਮੈਂ ਦੱਸਿਆ ਸੀਗਾ ਜਿਵੇਂ ਲੀਵਰ ਦੇਖੋ ਇਹਦਾ ਇੱਕ ਲੱਗਿਆ ਹੋਇਆ ਸਟੀਅਰਿੰਗ ਐਡਜਸਟੇਬਲ ਬਣਾਇਆ ਹੋਇਆ ਠੀਕ ਹੈ ਹਾਂ ਆਪਾਂ ਉੱਪਰ ਜਾ ਕੇ ਦਿਖਾ ਦਿੰਦੇ ਹਾਂ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਵਾਰ ਦਿਖਾ ਲੈ ਕੇ ਚੱਲਦੇ ਹਾਂ ਜੀ ਉੱਪਰ ਜਾ ਕੇ ਤੁਹਾਨੂੰ ਬਤਾਉਣੇ ਆ ਕਿ ਇਹਦੇ ਵਿੱਚ ਕੀ ਗੱਲ ਬਾਤ ਆ ਸਟੀਅਰਿੰਗ ਇਹਦੇ ਵਿੱਚ ਐਡਜਸਟੇਬਲ ਹੋ ਆ ਦੇਖੋ ਗੁਰੂ ਭਾਜੀ ਆ ਸਟੀਅਰਿੰਗ ਹੈ ਇਹਦਾ ਆ ਇੱਧਰ ਆਪਾਂ ਨੇ ਇੱਕ ਛੋਟਾ ਲੀਵਰ ਲਾਇਆ ਹੋਇਆ ਦੇਖੋ ਠੀਕ ਹੈ ਇਹ ਢਿੱਲਾ ਕਰੋ ਆ ਦੇਖੋ ਜਾਨਸੀ ਡਰਾਈਵਰ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਅੱਗੇ ਨੂੰ ਝੁਕਣ ਦੀ ਉਹ ਆਪਦਾ ਆਰਾਮ ਨਾਲ ਬਹਿ ਕੇ ਨਾ ਇੱਥੇ ਉਹਨੂੰ ਐਡਜਸਟਮੈਂਟ ਕਰ ਸਕਦਾ ਠੀਕ ਹੈ ਜੀ ਤੇ ਆ ਦੇਖੋ ਇਹਦਾ ਆਪਣਾ ਜਿਵੇਂ ਗੱਡੀ ਦਾ ਲੀਵਰ ਹੈ ਠੀਕ ਹੈ ਇੱਕੋ ਲੀਵਰ ਆ ਗਿਆ ਤਾਂ ਗੇਅਰ ਨਾਲ ਸਪੀਡ ਦਾ ਹਿਸਾਬ ਦੇ ਵਿੱਚ ਹੀ ਹੈ ਮਤਲਬ ਦੂਰ ਨੇੜੇ ਜਾਣ ਦੀ ਲੋੜ ਨਹੀਂ ਆ ਦੇਖੋ ਤੁਸੀਂ ਇੱਥੇ ਸਿਰਫ ਗੱਡੀ ਵਾਂਗੂ ਸਿਸਟਮ ਕਰਿਆ ਹੋਇਆ ਹੈ ਬੈਠਣਾ ਕੰਫਰਟੇਬਲ ਆ ਆ 4x4 ਹੋ ਗਿਆ ਬਾਕੀ ਸਾਰੇ ਲੀਵਰ ਆ ਗਏ ਬਾਕੀ ਆ ਇੱਕ ਥ੍ਰੈਸ਼ਰ ਦਾ ਸਾਰਿਆਂ ਦਾ ਸਿਸਟਮ ਉੱਪਰੋਂ ਕਰਿਆ ਹੋਇਆ ਉਹਦੀ ਸੈਟਿੰਗ ਦਾ ਚੱਕਰ ਵੱਧ ਘਟ ਕਰਨ ਦਾ ਠੀਕ ਹੈ ਇੱਕ ਥ੍ਰੈਸ਼ਰ ਦੀ ਸੈਟਿੰਗ ਥੱਲੇ ਕਰੀ ਹੋਈ ਹੈ ਨੀਚੇ ਆਪਾਂ ਨੇ ਓਕੇ ਹਾਂਜੀ ਹਾਂ ਬਾਕੀ ਸੀਟ ਵਗੈਰਾ ਚ ਜਿਵੇਂ ਆਪਣੇ ਹੈਗੇ ਆਮ ਰੈਸਟ ਹੋ ਗਏ ਹਾਂ ਤੇ ਆ ਵੀ ਜਿਹੜੇ ਆਪਾਂ ਕਹਿੰਦੇ ਇਹਦੇ ਵਾਸਤੇ ਵੀ ਝੁਕਣ ਦੀ ਲੋੜ ਨਹੀਂ ਹਾਂਜੀ ਹਾਂ ਬਾਕੀ ਆ ਕੈਬਨ ਦੀ ਸਪੇਸ ਦੇਖ ਲਓ ਤੁਹਾਡੇ ਸਾਹਮਣੇ ਆ ਕਾਫੀ ਜ਼ਿਆਦੇ ਆ ਬਿਲਕੁਲ ਜੀ ਬਹੁਤ ਵਧੀਆ ਤੇ ਇਹਦੀ ਕਪੈਸਿਟੀ ਵੀ ਵਧਾਈ ਆ ਕੋਈ ਗ੍ਰੇਨ ਟੈਂਕ ਦੀ ਨਹੀਂ ਉਹ ਕਪੈਸਿਟੀ ਦਾ ਟੈਂਕ ਆ ਉਹ ਹਾਂ ਸੇਮ ਹੀ ਆ ਸਰ ਹਨਾ ਤੇ ਆ ਜੋ ਵੀਰੋ ਤੁਹਾਨੂੰ ਇੱਕ ਵਾਰੀ ਜਿਹੜੇ ਕੈਬਨ ਦੇ ਉੱਤੇ ਵੀ ਆਪਾਂ ਝਾਤੀ ਮਰਵਾ ਦਿਆ ਹਨਾ ਤੇ ਇਹ ਆ ਵੀਰੋ ਕੰਬਾਈਨ ਜਿਹੜੀ ਏਸੀ ਕੈਬਨ ਦੇ ਨਾਲ ਆ ਰਹੀ ਆ ਜੋ ਏਸੀ ਕੈਬਨ ਤੁਹਾਨੂੰ ਦਿਖਾਉਣਿਆ ਵਿੱਚੋਂ ਕਿੱਦਾਂ ਦਾ ਆ ਰਿਹਾ ਇਹ ਤਾਂ ਕਮਰਾ ਹੀ ਹੈ ਹਾਂਜੀ ਦੇਖੋ ਤਕਰੀਬਨ ਇਹ ਚ ਸਾਰੇ ਫੀਚਰਸ ਵਗੈਰਾ ਅੰਦਰ ਨੇ ਬਹੁਤ ਜ਼ਿਆਦਾ ਆਪਾਂ ਕਹਿ ਦਈਏ ਹੈਵੀ ਵੀ ਬਹੁਤ ਬਣਿਆ ਹੋਇਆ ਕੈਬਨ ਕਾਫੀ ਜ਼ਿਆਦਾ ਹੈਵੀ ਹੈ ਆ ਦੇਖੋ ਡਿਸਪਲੇ ਲੱਗੀ ਹੋਈ ਹੈ ਪਿੱਛੇ ਕੈਮਰਾ ਠੀਕ ਹੈ ਉਸੇ ਨੂੰ ਵੀ ਦਿੱਤੀ ਹੋਈ ਹੈ ਜੀ ਠੀਕ ਹੈ ਮਤਲਬ ਬਿਲਕੁਲ ਰੀਅਰ ਵੀ ਜੀ ਹਾਂ ਆ ਦੇਖੋ ਬਾਕੀ ਕਨੈਕਟਰ ਸੀਟ ਹੈ ਜੀ ਇਹ ਆਪਾਂ ਫੋਲਡੇਬਲ ਕਰੀ ਹੋਈ ਹੈ ਠੀਕ ਹੈ ਇੱਕ ਬੰਦਾ ਨਾਲ ਹੈਲਪਰ ਆ ਗਿਆ ਜਿਹੜਾ ਬੜੇ ਆਰਾਮ ਨਾਲ ਜਿਹੜਾ ਇਹ ਚ ਆਪਸ਼ਨ ਦਿੱਤੀ ਹੋਈ ਹੈ ਦੇਖੋ ਇਹ ਚ ਆਪਾਂ ਨੇ ਇੱਕ ਪੈਰ ਵਾਲਾ ਸਿਸਟਮ ਦਿੱਤਾ ਹੋਇਆ ਗੁਰਪ੍ਰੀਤ ਭਾਜੀ ਆ ਦੇਖੋ ਜੇ ਸਟੀਅਰਿੰਗ ਅੱਗੇ ਪਿੱਛੇ ਕਰਨਾ ਠੀਕ ਹੈ ਠੀਕ ਹੈ ਠੀਕ ਹੈ ਇੱਕ ਆਹ ਇਹਦਾ ਉੱਪਰ ਥੱਲੇ ਕਰਨ ਵਾਲਾ ਠੀਕ ਹੈ ਸਟੀਅਰਿੰਗ ਨੂੰ ਅਪ ਡਾਊਨ ਕਰ ਸਕਦੇ ਆਪਾਂ ਦੋਨੇ ਸਾਈਡ ਤੇ ਕਰ ਸਕਦੇ ਹਾਂ ਹਾਂ ਠੀਕ ਹੈ ਹਾਂ ਬਾਕੀ ਆ ਸਿਸਟਮ ਦੇਖੋ ਇਹਦਾ ਆ ਗੇਅਰ ਲੋਕ ਵਗੈਰਾ ਕੀ ਸਿਸਟਮ ਸੇਮ ਹੀ ਹੈ ਸਾਰਾ ਤੇ ਕੈਬਨ ਦੇ ਵਿੱਚ ਬੈਠ ਕੇ ਵਾਕਈ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਚਾਰਜਰ ਪੈਂਟ ਵਗੈਰਾ ਸਾਰਾ ਕੁਝ ਇਹ ਚ ਦਿੱਤਾ ਹੋਇਆ ਪ੍ਰੋਪਰ ਤੇ ਕਿ ਬੋਟਲ ਵਗੈਰਾ ਆਪਦੀ ਰੱਖਣ ਵਾਸਤੇ ਤੇ ਵਾਈਪਰ ਵੀ ਬਹੁਤ ਵੱਡਾ ਹੈਗਾ ਸਿੰਗਲ ਵਾਈਪਰ ਹੈਗਾ ਤੇ ਸੋ ਵੀਰੋ ਬਾਕੀ ਜੇ ਕੋਈ ਹੈ ਤੁਹਾਡੀ ਇਨਕੁਆਇਰੀ ਇਸ ਕੰਬਾਈਨ ਨੂੰ ਲੈ ਕੇ 4-wheel ਡਰਾਈਵ ਦੇ ਵਿੱਚ ਅਪਡੇਟ ਕਰਨ ਵਾਸਤੇ ਜਾਂ ਏਸੀ ਕੈਬਨ ਦੇ ਵਿੱਚ ਅਪਡੇਟ ਕਰਨ ਵਾਸਤੇ ਤਾਂ ਕੰਪਨੀ ਦਾ ਜਿਹੜਾ ਨੰਬਰ ਹੈਗਾ ਤੁਸੀਂ ਉਹ ਸਕਰੀਨ ਤੇ ਵੇਖ ਰਹੇ ਹੋਗੇ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਈ ਬਹੁਤ ਥੈਂਕ ਯੂ ਜੀ ਤੁਹਾਡਾ ਵਧੀਆ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਜੀ ਭਾਜੀ ਵੈਲਕਮ ਜੀ ਸੋ ਵੀਰੋ ਚੰਗੀ ਲੱਗੀ ਵੀਡੀਓ ਤਾਂ ਅੱਗੇ ਸਾਂਝੀ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ